JL Productions ते जरनैल कुमार पेश करदे हन JLPL गौंदा पंजाब एक पिंड एक कलाकार सत्श्रीकाल जी मैं हां तुहाड़ी अपनी अमृतौला सत श्री अकाल जी मैं हाँ थोड़ा अपना गुरजीत सिंह ते एक बार फिर तो लैके हाजिर हाँ जी असी जोश भरिया साडा यूनीक टैलेंट हंट शो लैके जिसका नाम है JLPL गाउंदा पंजाब एक पिंड एक कलाकार प्रेजेंटेड बाय JL प्रोडक्शंस एंड जरनैल कुमार स्पॉन्सर्ड बाय स्टार वाइन्स एंड JL हेल्थ केयर को स्पॉन्सर्ड बाय औजला कौशिक स्टेट्स प्राइवेट लिमिटेड एंड बजाज एंड कंपनी मीडिया डिजिटल पार्टनर्स द अनम्यूट बल्ले बल्ले टीवी 92.7 बिग एफएम एंड जस्ट पंजाबी मेकअप एंड हेयर डू डन बाय जावेद हबीब ए है जी JLPL गाउंदा पंजाब रौनकां लगी हुई ने साडे सेट दे उत्ते ते रौनकां च होर वाधा हमेशा ही साडे करदे ने जी प्यारे प्यारे रिस्पेक्टेड जजेस नूरी जी किटू जी सत श्री अकाल एक बार फिर तो जी आया नु जी क्या बात है जी क्या खिड़े खिड़े चेहरे ना मतलब एक तड़के तड़के कहते ना वक्री जी एनर्जी आ जाती है जी तड़के तड़के है जी जो अपना शो ओपन अप होंगे जी तो मतलब सवेर की पहली करन वांगू ही होंगे एक तरह का है ना जी सो उदा की एनर्जी साढ़े जजिस तो सानू मिलती है पाजी कैमो जी एकदम चढ़ती कला कोई वहम तो नहीं जमा ही नहीं जी दूर दूर तक नहीं है जी इतना ही रहना चाहिए वहम तो असं करते नहीं रहम नूरी जी की कहना चाहोगे कंटेस्टेंट तैयार पर तैयार बैठे ने जी म्यूजिशियन साढ़े बिल्कुल रेडी ने असं भी रेडी हाँ ਤੁਸੀਂ ਵੀ ਰੈਡੀ ਹੋ ਕੀ ਕਹਿਣਾ ਚਾਹੋਗੇ ਸਾਰਿਆਂ ਬਸ ਵਧੀਆ ਵਧੀਆ ਸਾਰੇ ਗਾਉਣ ਸਾਡੇ ਕੰਨ ਤਰਸ ਰਹੇ ਨੇ ਸੁਰੀਲੀਆਂ ਸੁਰੀਲੀਆਂ ਆਵਾਜ਼ਾਂ ਸੁਣਨ ਨੂੰ ਔਰ ਮੈਂ ਸਾਰਿਆਂ ਨੂੰ ਗੁੱਡ ਲੱਕ ਕਹਿੰਦੀ ਆ ਸਾਰੇ ਬੱਚੇ ਅੱਛਾ ਅੱਛਾ ਪਰਫਾਰਮ ਕਰਨ ਵਾਹ ਜੀ ਵਾਹ ਇੱਕ ਵਾਰ ਜ਼ੋਰਦਾਰ ਤਾੜੀਆਂ ਸਾਡੇ ਜੱਜਸ ਲਈ ਗੁਰਜੀਤ ਆਪਾਂ ਸ਼ੋਅ ਤੇ ਸ਼ੁਰੂ ਕਰ ਲਿਆ ਤੇ ਆਪਣੇ ਤੀਜੇ ਗੈਸਟ ਚੱਜ ਤੇ ਆਏ ਨਹੀਂ ਹਾਂ ਹੌਸਲਾ ਰੱਖੋ ਹੌਸਲਾ ਰੱਖੋ ਬਹੁਤ ਕੁਝ ਹੈ ਕਹਿਣ ਕਵਾਣ ਦੇ ਲਈ ਸੁਣਨ ਦੇ ਲਈ क्योंकि जेडे तीसरे जज हुण आ रहे ने जी मैं मतलब मेरे वड्डे भाई वांगू ने जी ओह ते असी उहनां दे गीत जदों असी की मतलब फिजावां भी जदों उहनां दे लिखे हुए गीत सुणदियां ने तां इक वक्री एनर्जी वक्रा जोश पैदा कर दिंदियां ने क्रांति पैदा कर दिंदियां ने ते जदों गभरू अज्ज दे यंगस्टर्स उहनां दे गीतां नूं सुणदे ने तां जी उहनां नूं फॉलो करन लग जांदे ने जी सो लिरिसिस्ट एंड राइटर यंगस्टर्स दे दिलां दी धड़कन मल्टी टैलेंटेड मेरा वीर हर्फ चीमा इक बार जोरदार ताड़ियां पाई लई ਹਰਫ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਵੀ ਅੱਗੇ ਆ ਜਾਓ ਇਹ ਹਰਫ ਜਿਹੜੇ ਨੇ ਨਾ ਇਹ ਬੜੇ ਖੂਬਸੂਰਤ ਹਰਫ ਨੇ ਜੀ ਇਹ ਹਰਫਾਂ ਵਿੱਚ ਵੀ ਖੂਬਸੂਰਤ ਹਰਫ ਨੇ ਤੇ ਉਦਾਂ ਵੀ ਬੜੇ ਖੂਬਸੂਰਤ ਹਰਫ ਨੇ ਤੁਸੀਂ ਇੱਧਰ ਆ ਜਾਓ ਅਮਰਿਤ ਜੀ ਆਫਕੋਰਸ ਆਮ ਓਕੇ ਸੋ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਨਵਾਂ ਮੰਚ ਹੈ ਨਵਾਂ ਪਲੇਟਫਾਰਮ ਹੈ ਬੱਚਿਆਂ ਦੇ ਲਈ ਸੋ ਬੜਾ ਵਧੀਆ ਉਪਰਾਲਾ ਇਹਦੇ ਬਾਰੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਜਿਹੜਾ ਇਹ ਉਪਰਾਲਾ ਕੀਤਾ JL ਪ੍ਰੋਡਕਸ਼ਨਸ ਐਂਡ ਜਰਨੈਲ ਕੁਮਾਰ ਸੋ ਸਾਡੇ ਵੱਡੇ ਬਾਈ ਜੀ ਸੋ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਨੇ ਤੇ ਬਹੁਤ ਵਧੀਆ ਉਪਰਾਲਾ ਜਿਹੜਾ ਗਾਉਂਦਾ ਪੰਜਾਬ ਆ ਤੇ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹਾਂ ਆਪਦੇ ਗੀਤਾਂ ਦੇ ਵਿੱਚ ਜਦੋਂ ਵੀ ਕਰਦੇ ਹਾਂ ਤੇ ਮੈਨੂੰ ਲੱਗਦਾ ਵੀ ਜਦੋਂ ਵੀ ਗੀਤ ਸੰਗੀਤ ਦੀ ਗੱਲ ਹੁੰਦੀ ਆ ਤਾਂ ਅਕਸਰ ਟੀਵੀ ਚੈਨਲਾਂ 'ਤੇ ਗੱਲ ਹੁੰਦੀ ਆ ਕਿ ਵਧੀਆ ਟੈਲੈਂਟ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਆ ਇੱਕ ਪਿੰਡ ਇੱਕ ਕਲਾਕਾਰ ਹਨ ਤੇ ਜਦੋਂ ਪਿੰਡ ਦੀ ਸੱਭਿਅਤਾ ਲੈ ਕੇ ਕੋਈ ਕਲਾਕਾਰ ਇਹਨਾਂ ਸਟੇਜਾਂ 'ਤੇ ਆਊਗਾ ਇਹਨਾਂ ਸਟੇਜਾਂ ਤੋਂ ਅੱਗੇ ਜਾਊਗਾ ਤਾਂ ਮੈਨੂੰ ਲੱਗਦਾ ਉਹਨੂੰ ਪਤਾ ਹੋਊਗਾ ਵੀ ਪੰਜਾਬ ਦੀ ਪਰਿਭਾਸ਼ਾ ਕੀ ਆ ਤੇ ਪੰਜਾਬ ਦੀ ਜਿਹੜੀ ਡੈਫੀਨੇਸ਼ਨ ਆ ਉਹਨੂੰ ਜਦੋਂ ਆਪਦੇ ਗੀਤਾਂ ਦੇ ਵਿੱਚ ਗਾਊਗਾ ਬੰਦਾ ਨਾ ਤਾਂ ਮੈਨੂੰ ਲੱਗਦਾ ਵੀ ਇਕੱਲੇ ਇਕੱਲੇ ਬੰਦੇ ਤੱਕ ਪੰਜਾਬ ਦੀ ਚੜ੍ਹਦੀ ਕਲਾ ਜਿਹੜੀ ਉਹ ਪਹੁੰਚੂਗੀ ਐਗਜੈਕਟਲੀ ਮੇਰੇ ਖਿਆਲ ਜਿਹੜੀ ਹੁਣ ਆਉਣ ਵਾਲੀ ਅੱਗੇ ਨੈਕਸਟ ਜਨਰੇਸ਼ਨ ਹੋਏਗੀ ਉਹਨਾਂ ਨੂੰ ਵੀ ਜਿਹੜੇ ਹੁਣ ਇੱਥੇ ਗੀਤ ਗਾਏ ਜਾ ਰਹੇ ਨੇ ਨਵੇਂ ਨਵੇਂ ਗੀਤ ਬਣ ਰਹੇ ਨੇ ਉਹ ਸੁਣਨ ਨੂੰ ਮਿਲਣਗੇ ਅੱਗੇ ਚੱਲ ਕੇ ਹੈ ਨਾ ਜੀ ਤਾਂ ਇੱਕ ਵੱਖਰੀ એનર્ਜੀ ਉਹਨਾਂ ਵਿੱਚ ਵੀ ਆਊਗੀ ਜੀ ਸੋ ਮੈਂ JLPL ਗਾਉਂਦਾ ਪੰਜਾਬ ਸੋ ਇਹਦੇ ਲਈ ਇਸ ਮੰਚ ਲਈ ਇਸ ਮੰਚ ਦੀ ਚੜ੍ਹਦੀ ਕਲਾ ਲਈ ਕਿਆ ਬਾਤ ਦੋ ਸਤਰਾਂ ਜ਼ਰੂਰ ਬੋਲਣਾ ਚਾਹੂੰਗਾ ਪਲੀਜ਼ ਕਿ ਤੁਹਾਡੇ ਸਾਰਿਆਂ ਲਈ ਨੇ ਬੱਚਿਓ ਤੁਹਾਡੀ ਚੜ੍ਹਦੀ ਕਲਾ ਲਈ ਭਾਵੇਂ ਅਸੀਂ ਰਬਾਬ ਦੀ ਤਾਰ ਵਾਲੇ ਭਾਵੇਂ ਅਸੀਂ ਰਬਾਬ ਦੀ ਤਾਰ ਵਾਲੇ ਲਾਉਣੀ ਚੋਟ ਨਗਾਰੇ ਤੇ ਜਾਣਦੇ ਹਾਂ ਸਾਡੇ ਹੱਥਾਂ 'ਚੋਂ ਲੰਘਦੀਆਂ ਕਈ ਸਦੀਆਂ ਮਿੱਟੀ ਜਦੋਂ ਪੰਜਾਬ ਦੀ ਛਾਣਦੇ ਹਾਂ ਆ ਜਾਓ ਗੁਰੂ ਦਾ ਆਸਰਾ ਓਟ ਲੈ ਕੇ ਇਸ ਵਕਤ ਦੇ ਪਾਸੇ ਨੂੰ ਥੱਲੀਏ ਜੀ ਅਸੀਂ ਖੇਡਦੇ ਹੋਏ ਕਿੰਨੀ ਦੂਰ ਆ ਗਏ ਹੁਣ ਵੇਲਾ ਹੈ ਘਰਾਂ ਨੂੰ ਚੱਲੀਏ ਜੀ ਹੁਣ ਵੇਲਾ ਹੈ ਘਰਾਂ ਨੂੰ ਚੱਲੀਏ ਜੀ ਸੋ ਧੰਨਵਾਦ ਧੰਨਵਾਦ ਕਿਟੂ ਭਾਈ
तो मैंने लगता लोड़ अज बाबे नानक दे खाबां दे पंजाब नूं मुड़न दी कला कला धी पुत उहदा मुड़ के उस पंजाब दी कल्पना करे। क्या बात है भाई जी। देखो जी ये वखरा एक हौसला जोश इस मंच दे उत्ते आ चुके। उम्मीद करांगे कि तुसी भी इंजॉय करोगे नवे नवे गीतां नूं नवीं कंपोजिशंस नूं। बिल्कुल बिल्कुल जोरदार ताड़ियां हर ची मोबाइल लई। सो जजमेंट पैनल हुण पूरा भर चुके आ जी खूबसूरत चेहरियां दे नाल। ते जे तुहाड़ी इजाजत होवे तां आपां हुण सुरां दे समंदर च गोते लाईए जी। असी है परदेसी पक्षी तेरा मुखड़ा वेखण खातर वे असा बहुत उम्मीद सी रखी वेखिया सी तेनू जदों चन्ना पहली वारी अखियां न माणिया नू चढ़ गई खमारी वेखिया सी तेनू जदों चन्ना पहली वारी अखियां न माणिया नू चढ़ गई खमारी वे मैं कच दे गलास वांगू ठर गई वे ठर गई वे ठर गई वे मैं तेरे पग दे पेच ते मर गई वे मैं तेरे पग दे पेच ते मर गई वे मैं तेरे पग दे शाही रंग दी सी गुड़ी वे साडे नाना बोलिया तू की सी मजबूरी वे पग पटियाला शाही रंग दी सी गुड़ी वे साडे नाना बोलिया तू की सी मजबूरी वे सुनिया है अज कल रेंदे हो गुरूर बिच सुनिया है अज कल रेंदे हो गुरूर बिच करके दीदार तेरा हार गई वे हार गई वे हर गई वे मैं तेरे पग दे पेच ते मर गई वे मैं तेरे पग दे पेच ते मर गई वे मैं तेरे पग दे असी कुर्बान ते तो तू अन जानवे तेरे उतो सोने व्यवहारिए जानवे तीसरी नजर नाल तकिया सी तेनू तीसरी नजर नाल तकिया सी तेनू चीर के कलेजा खाली कर गई वे कर गई वे कर गई वे मैं तेरे पग दे पेच ते मर गई वे मैं तेरे पग दे पेच ते मर गई वे मैं तेरे पग दे पेच ते मर गई वे मैं तेरे पग दे। हाँ जी गगन जी हैप्पी विद योर परफॉर्मेंस खुश ओके जजेस ने पूछिए। हाँ जी किट्टू जी किदा फील होया थोनू गा के की लगदा है? सर वधिया फील होया वधिया फील होया। क्या बात है यार सेम है सानू भी चंगा लग्या। एक्चुअली गगन दी आवाज ना थोड़ी 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 उच्च झलक पैंदी सी डॉक्टर सतिंदर सरताज दी। क्या बात है ते ओ उदा दी झलक पै रही सी इन्हें गाया भी उसे स्केल भी उदा दा ही सी क्योंकि वो थोड़ा लोअर स्केल ते गाउंदे ने सुरीला सी वधिया सी होर मेहनत करोगे तो होर वधिया हो सकता मतलब हमेशा ये मन के चलिया करो कि होर तरक्की करनी है होर मेहनत करके होर वधिया करना है। बस जिंदगी च एक फॉर्मूला याद रखियो कि अपने आप तो कदे सैटिस्फाई नहीं होना जिदन तुसी अपने आप तो संतुष्ट होगे ना
थोड़ी वो चीज उत्थे ही खड़ जानी। हमेशा अगे वधदे रहो और तरक्कियां करदे रहो। बहुत वधिया, वेरी गुड, शाबाश। थैंक यू सर। नूरी जी की कहना चाहोगे जी? बहुत वधिया, बहुत मजा आया। थैंक यू, बड़े आनंद दे नाल गाया मुंडे ने। जिवें किट्टू जी ने कहा कि होर भी रियाज करते रहो, अगे वधते रहो, क्योंकि कहिंदे ना ज्यों ज्यों भिजे कंबली त्यों तू भारी होए। क्योंकि जिन्ना असी समुद्र च डुबकियां लावांगे उच्चों कोई ना हीरे मोती हर वार कढ़ के लियावांगे। ऐदां जिवें जिवें तुसी भिजदे जावोंगे, स्वर दे नाल भिजदे जावोंगे, ऐदां तुसी होर भी ज़्यादा तुहाडे गले च मिठास, सुरीलापन, अंदाज सब कुछ आउंदा जाएगा। और हमेशा रियाज ही करते रहना है, जिउंदे वास्ते रहो। हाँ जी हर्ष जी, की कहना चाहोगे परफॉर्मेंस बारे? बहुत वधिया जी, पग भी ठोक के बन्नी आ बाई ने, ते गगनदीप सिंह जी गुरदासपुर तो आपदा लहजा भी नाल लेके आए ने। सो बहुत वधिया गाया, मैनू तां बहुत वधिया लगी जी परफॉर्मेंस, गीत भी ते कमाल करता, बहुत ज्यादा वधिया। थैंक यू सर। थैंक यू जजेस एंड गुड लक वीरे, मिलदे आगे। गॉड ब्लेस। अपनी गायकी दे हुनर दे नाल हुण अपनी दावेदारी पेश करन आ रही है साडी अगली कंटेस्टेंट ज्योति राणी। मेरे दिल विच वसदा है तू सोनिया, किसे होर वल कर दी ना मुंह सोनिया। मेरे दिल विच वसदा है तू सोनिया, किसे होर वल कर दी ना मुंह सोनिया। कमर्शियल गीत ना ते ट्रेडिशनल दे नाल नाल कमर्शियल गीत भी सुनन नू मिल रहे ने, तो स्पेशल ते इस चीज नू लेके भी मैं बधाई देना सारयां नू, क्योंकि गीतां दी जिहड़ी सिलेक्शन कीती गई आ ਉਹ ਅੱਜ ਕੱਲ ਦੀ ਪੀੜ੍ਹੀ ਨੂੰ ਵੀ ਮੁੱਦੇ ਨਜ਼ਰ ਰੱਖਦੇ ਹੋਏ ਕੀਤੀ ਹੋਈ ਹੈ। ਸੋ ਗਾਣਾ ਬਹੁਤ ਵਧੀਆ ਸੀ, ਤੁਸੀਂ ਪਰਫਾਰਮ ਵੀ ਵਧੀਆ ਕੀਤਾ। ਥੈਂਕ ਯੂ ਸਰ, ਗੋਡ ਬਲੈਸ ਯੂ। ਤੇ ਬਾਈ ਦੇਖੋ 400-500 ਗੀਤ ਹੈ ਤਾਂ ਮੇਰੇ ਖਿਆਲ 'ਚ ਮੈਂ ਗਿਣਤੀ ਇੱਕ ਐਸਟੀਮੇਟਿਡ ਜੀ ਗਿਣਤੀ ਦੱਸ ਰਿਹਾ, ਪਰ 400-500 ਨਵੇਂ ਗੀਤ ਇੱਕ ਸ਼ੋਅ ਦੇ ਲਈ ਲੈ ਕੇ ਆਉਣਾ ਕਈ ਮਹੀਨਿਆਂ ਦੀ ਮਿਹਨਤ ਹੈ। ਮਤਲਬ ਤੁਹਾਨੂੰ ਨਹੀਂ ਲੱਗਦਾ ਕਿ ਇਹ ਇੱਕ ਨੈਕਸਟ ਲੈਵਲ ਚੀਜ਼ ਹੋ ਰਹੀ ਹੈ ਜੀ? ਬਿਲਕੁਲ, ਮੈਂ ਪਹਿਲਾਂ ਹੀ ਕਹਿ ਚੁੱਕਿਆ, ਮਤਲਬ ਬਹੁਤ ਕਮਾਲ ਦੀ ਗੱਲ ਆ ਆਪਦੇ ਆਪ 'ਚ। ਜਦੋਂ ਇੱਕ ਐਲਬਮ ਕਿੱਟੂ ਭਾਜੀ ਆਪਾਂ ਰੈਡੀ ਕਰਨੀ ਹੁੰਦੀ ਆ, ਸੋ ਉਹਦੇ ਲਈ ਜਦੋਂ ਗੀਤਾਂ ਦੀ ਸਿਲੈਕਸ਼ਨ ਕਰਨੀ ਹੁੰਦੀ ਆ ਬੜਾ ਔਖਾ ਹੋ ਜਾਂਦਾ ਵੀ ਯਾਰ 8 ਗੀਤ 10 ਗੀਤ ਰਿਕਾਰਡ ਕਰਨੇ ਨੇ ਨਵੇਂ, ਬਿਲਕੁਲ ਹੈ ਨਾ। ਤੇ ਉਹ ਲਿਖਣ ਨੂੰ ਵੀ ਟਾਈਮ ਲੱਗਦਾ, ਕੰਪੋਜੀਸ਼ਨਾਂ ਕਰਨ ਨੂੰ ਵੀ ਟਾਈਮ ਲੱਗਦਾ। ਤੇ ਜਿਵੇਂ ਹੁਣ ਤੁਸੀਂ ਗਿਣਤੀ ਦੱਸ ਰਹੇ ਹੋ 400-500 ਗੀਤ, ਮੈਨੂੰ ਲੱਗਦਾ ਬਹੁਤ ਜ਼ਿਆਦਾ ਮਿਹਨਤ ਆ ਸਾਰੀ ਟੀਮ ਦੀ। ਬਿਲਕੁਲ ਜੀ। ਸੋ ਵਧਾਈ ਦੇ ਪਾਤਰ ਨੇ ਜੀ ਸਾਡੇ ਸ਼ੋਅ ਦੇ ਆਰਗੇਨਾਈਜ਼ਰ JL Productions।
ਦੇ ਡਾਇਰੈਕਟਰਸ ਮਹਿਤਾਬ ਚੌਹਾਨ ਐਂਡ ਜਰਨੈਲ ਕੁਮਾਰ ਜੀ, ਇੱਕ ਵਾਰ ਜ਼ੋਰਦਾਰ ਤਾੜੀ ਉਹਨਾਂ ਲਈ। ਕਿੱਟੂ ਬਾਜੀ, ਹੁਣ ਗੱਲ ਕਰਦੇ ਜੀ ਇਹਨਾਂ ਦੀ ਪਰਫਾਰਮੈਂਸ ਦੀ, ਤੁਹਾਨੂੰ ਕਿਹੋ ਜਿਹੀ ਲੱਗੀ ਇਹਨਾਂ ਦੀ ਪਰਫਾਰਮੈਂਸ? ਬਈ ਮੈਨੂੰ ਤਾਂ ਸਾਰੇ ਗੀਤ 'ਚ ਇੱਕ ਚੀਜ਼ ਬੜੀ ਐਂਟਰਟੇਨਿੰਗ ਲੱਗੀ, ਹਾਂ ਹਾਂ ਕਹਿੰਦੀ ਸੀ ਨਾ ਇਹ, ਕਿਆ ਬਾਤ ਸੀ ਉਹ, ਮਤਲਬ ਏਦਾਂ ਸੀ ਵੀ ਜਿਵੇਂ ਨੀ ਰੋਬ ਜਿਹਾ ਪਾ ਕੇ ਕਹਿੰਦੇ ਨੇ ਜੀ, ਹਾਂ ਵੀ ਭੇਜਦੇ ਕੋਈ ਵਿਚੋਲਾ ਛੇਤੀ ਵੀ ਆਪਣੇ ਵਿਆਹ ਦੀ ਗੱਲ ਤੋਰ ਦੇਵੇ, ਮਤਲਬ ਰੋਬ ਵਾਲਾ ਕੰਮ ਸੀ। ਤੇ ਐਨੀਵੇ, ਮਜ਼ਾਕ ਤੋਂ ਹਟਦੇ ਹੋਏ ਜੇ ਆਪਾਂ ਗੱਲ ਕਰੀਏ ਗਾਣੇ ਦੀ, ਗਾਣਾ ਪੁੱਤਰ ਕੋਨਫੀਡੈਂਸ ਬਹੁਤ ਵਧੀਆ ਤੁਹਾਡਾ, ਜਿੱਦਾਂ ਹਰਫ ਉਹਨਾਂ ਨੇ ਕਿਹਾ, ਲਿਰਿਕਸ ਵੀ ਬਹੁਤ ਵਧੀਆ ਨੇ, ਕਮਰਸ਼ੀਅਲ ਨੇ, ਪਰ ਗਾਣਾ ਕਮਰਸ਼ੀਅਲ ਕਰਨ ਵਾਸਤੇ ਬਹੁਤ ਮਿਹਨਤ ਦੀ ਲੋੜ ਹੈ ਜੀ, ਕਿਉਂਕਿ ਸੁਰ ਪੂਰੇ ਗਾਣੇ 'ਚ ਵਿਖਰਦਾ ਵਿਖਰਦਾ ਰਿਹਾ ਸੁਰ, ਇਸ ਕਰਕੇ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ, ਹੋਰ ਸੁਰ ਦੀ ਸਾਧਨਾ ਕਰਨ ਦੀ ਜ਼ਰੂਰਤ ਹੈ, ਉਹ ਸ਼ੁਰੂ ਕਰ ਦਿਓ ਅਤੇ ਬਸ ਫਿਰ ਬੁਲੰਦੀਆਂ ਤੁਹਾਡੇ ਕਦਮ ਚੁੰਮਣਗੀਆਂ, ਰਾਜ਼ੀ ਰਹੋ। ਥੈਂਕ ਯੂ ਸਰ। ਹਾਂਜੀ ਨੂਰੀ ਮੈਮ, ਕੀ ਕਹਿਣਾ ਚਾਹੋਗੇ ਪਰਫਾਰਮੈਂਸ ਬਾਰੇ? ਕੁੜੀ ਦੀ ਆਵਾਜ਼ ਬਹੁਤ ਦਮਦਾਰ ਆ, ਸ਼ੁਰੂਆਤ ਇਹਨੇ ਬੜੀ ਸੋਹਣੀ ਕੀਤੀ, ਅਸੀਂ ਇੱਕਦਮ ਅਸੀਂ ਕਿਹਾ ਲੈ ਕੁੜੀ ਨੇ ਤਾਂ ਕਮਾਲ ਕਰ ਦੇਣੀ ਆ। ਮੈਨੂੰ ਲੱਗਦਾ ਥੋੜ੍ਹਾ ਓਵਰ ਕੋਨਫੀਡੈਂਸ ਹੋਣ ਕਰਕੇ ਥੋੜ੍ਹਾ ਸੁਰਾਂ ਦੀ ਗੜਬੜ ਹੋ ਗਈ ਨਾ, ਬੰਦਾ ਕਈ ਵਾਰੀ ਨਾ ਓਵਰ ਜਦੋਂ ਕੋਨਫੀਡੈਂਸ ਹੁੰਦਾ ਉਦੋਂ ਵੀ ਕਈ ਵਾਰੀ ਗਲਤੀਆਂ ਜ਼ਿਆਦਾ ਕਰ ਜਾਂਦਾ ਹੈ। ਤੁਸੀਂ ਬਹੁਤ ਸੋਹਣਾ ਗਾਇਆ, ਕੋਈ ਇੱਦਾਂ ਦੀ ਗੱਲ ਨਹੀਂ ਸੀ, ਬਹੁਤ ਮਿੱਠੀ ਆਵਾਜ਼ ਆ, ਪਰ ਆਪਣੇ ਸੁਰਾਂ 'ਤੇ ਥੋੜ੍ਹਾ ਜਿਹਾ ਹੋਰ ਹੈ ਨਾ ਧਿਆਨ ਦਿਓ, ਬਹੁਤ ਸੋਹਣੀ ਆਵਾਜ਼ ਆ, ਬਹੁਤ ਪਿਆਰੇ ਤੁਸੀਂ, ਬਹੁਤ ਅੱਗੇ ਤੱਕ ਜਾਣ ਵਾਲੀ ਆਵਾਜ਼ ਆ ਤੁਹਾਡੀ ਇਹ, ਔਰ ਲੋਕਾਂ ਦੇ ਦਿਲਾਂ 'ਚ ਛਾਣ ਵਾਲੀ ਆਵਾਜ਼ ਆ। ਜਿਉਂਦੇ ਵਾਸਤੇ ਰਹੋ, ਖੁਸ਼ ਰਹੋ। ਥੈਂਕ ਯੂ ਮੈਮ। ਥੈਂਕ ਯੂ ਜੀ, ਐਂਡ ਗੁੱਡ ਲੱਕ ਟੂ ਯੂ। ਸ਼ੋਅ ਦਾ ਆਗਾਜ਼ ਤਾਂ ਜੀ ਬਹੁਤ ਖੂਬਸੂਰਤ ਹੋ ਚੁੱਕਿਆ ਜੀ, ਤੇ ਹੁਣ ਅੱਗੇ ਚੱਲ ਕੇ ਦੇਖਦੇ ਹਾਂ ਬਾਕੀ ਦੇ ਰਹਿੰਦੇ ਕੰਟੈਸਟੈਂਟਸ ਕਿਹੋ ਜਿਹਾ ਪਰਫਾਰਮ ਕਰਨਗੇ। ਆਪਾਂ ਵੀ ਤਿਆਰ ਹਾਂ, ਜੱਜਸ ਵੀ ਤਿਆਰ ਪਰ ਤਿਆਰ ਨੇ ਜੀ। ਹੁਣ ਇਸ ਦੇ ਨਾਲ ਹੀ ਅਸੀਂ ਬੁਲਾਉਣ ਜਾ ਰਹੇ ਹਾਂ ਆਪਣੇ ਅਗਲੇ ਕੰਟੈਸਟੈਂਟ ਨੂੰ, ਜੋ ਕਿ ਨੇ ਸਰਬਜੀਤ ਸਿੰਘ।
ਕਿਵੇਂ ਹੋ? ਠੀਕ ਠਾਕ ਹੋ ਜੀ? ਵਧੀਆ ਜੀ, ਵਧੀਆ। ਮੁੱਛ ਖੜੀ ਆ ਪੂਰੀ? ਐਨ ਪੂਰੀ। ਆਏ ਚੱਕ ਮੁੰਡਾ ਸਮਰਾਲੇ ਦਾ ਸਾਡਾ। ਨੂਰੀ ਜੀ ਕੀ ਕਹਿਣਾ ਚਾਹੋਗੇ ਜੀ? ਆਵਾਜ਼ ਤਾਂ ਦਮਦਾਰ ਹੈਗੀ ਪੂਰੀ ਵਧੀਆ, ਔਰ ਗਾ ਵੀ ਪੂਰੇ ਕੋਨਫੀਡੈਂਸ ਨਾਲ ਰਿਹਾ ਸੀਗਾ, ਭੰਗੜਾ ਵੀ ਪਾ ਰਿਹਾ ਸੀ, ਐਨ ਪੂਰਾ ਜਮਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ, ਪਰ ਸੁਰਾਂ ਦਾ ਥੋੜ੍ਹਾ ਬਹੁਤਾ ਹੇਰ ਫੇਰ ਹੋ ਰਿਹਾ ਸੀ, ਉੱਪਰ ਥੱਲੇ ਹੋ ਰਹੇ ਸੀ ਸੁਰ। ਅਤੇ ਸੁਰਾਂ 'ਤੇ ਮਿਹਨਤ ਕਰੋ ਹੋਰ ਜ਼ਿਆਦਾ, ਹੈ ਨਾ? ਤੁਹਾਡੇ ਕੋਲ ਰੱਬ ਨੇ ਇੰਨੀ ਸੋਹਣੀ ਤੁਹਾਨੂੰ ਆਵਾਜ਼ ਦਿੱਤੀ ਦਮਦਾਰ, ਹੈ ਨਾ? ਤੁਸੀਂ ਜਦੋਂ ਹੋਰ ਵੀ ਸੁਰ ਦਾ ਅਭਿਆਸ ਕਰੋਗੇ ਤਾਂ ਕਿੰਨਾ ਸੋਹਣਾ ਹੋਰ ਵੀ ਜ਼ਿਆਦਾ ਲੱਗੂਗਾ ਨਾ। ਅਤੇ ਬਹੁਤ ਵਧੀਆ, ਜਿਉਂਦੇ ਰਹੋ। ਥੈਂਕ ਯੂ। ਹਾਂਜੀ ਕਿੱਟੂ ਜੀ, ਕੀ ਕਹਿਣਾ ਚਾਹੋਗੇ ਪਰਫਾਰਮੈਂਸ ਬਾਰੇ? ਬਸ ਇੱਕ ਗੱਲ ਬਾਰ ਬਾਰ ਨਹੀਂ ਕਹਿਣੀ ਚਾਹੀਦੀ, ਜੋ ਨੂਰੀ ਮੈਮ ਨੇ ਦੱਸਿਆ, ਮੇਰਾ ਵੀ ਉਹੀ ਸੇਮ ਹੈਗਾ ਕਿ ਬਾਕੀ ਸਭ ਕੁਝ ਠੀਕ ਹੈ, ਪਰ ਮੇਨ ਜਿਹੜੀ ਗੱਲ ਹੈ ਸੁਰ, ਪੂਰੇ ਗਾਣੇ 'ਚ ਸੁਰ ਮਿਸਿੰਗ ਸੀ, ਸੁਰੀਲਾਪਨ ਨਹੀਂ, ਹਾਂ ਜੋਸ਼ ਪੂਰਾ ਸੀਗਾ। ਇਹ ਹੈ ਵੀ ਉਹਦੇ 'ਤੇ ਮਿਹਨਤ ਕਰੋਗੇ ਤਾਂ ਬਹੁਤ ਕੁਛ ਹੋ ਸਕਦਾ, ਕਿਉਂਕਿ ਬਾਕੀ ਸਾਰਾ ਇੱਕ ਬਣਿਆ ਬਣਾਇਆ ਪੈਕੇਜ ਹੁੰਦਾ, ਉਹ ਤੁਹਾਡੇ ਕੋਲ ਹੈਗਾ, ਪਰ ਗਾਣੇ 'ਤੇ ਸੁਰ 'ਤੇ ਮਿਹਨਤ ਕਰੋ, ਫਿਰ ਆਪਣੇ ਆਪ ਸਾਰਾ ਕੁਛ ਠੀਕ ਹੋ ਜਾਊਗਾ। ਗੋਡ ਬਲੈਸ। ਥੈਂਕ ਯੂ। ਹਰਸ਼ ਭਾਈ ਕੀ ਕਹਿਣਾ ਹੈ ਤੁਹਾਡਾ? ਹਾਂਜੀ ਸਰਬਜੀਤ ਭਾਈ, ਬਹੁਤ ਵਧੀਆ ਠੋਸ ਆਵਾਜ਼ ਆ ਤੁਹਾਡੀ, ਪਰ ਜਿਵੇਂ ਉਹਨਾਂ ਨੇ ਕਿਹਾ ਵੀ ਇੱਕ ਰਸ ਹੁੰਦਾ ਗੀਤ, ਹੈ ਨਾ, ਸੋ ਉਹ ਵੀ ਕੰਨਾਂ 'ਚ ਪੈਣਾ ਬੜਾ ਜ਼ਰੂਰੀ ਆ, ਅਤੇ ਬਸ ਮਿਹਨਤ ਕਰੋ ਭਾਈ, ਲੱਗੇ ਰਹੋ, ਅਤੇ ਪ੍ਰਮਾਤਮਾ ਕਿਰਪਾ ਕਰੂਗਾ। ਥੈਂਕ ਯੂ ਸਰ। ਥੈਂਕ ਯੂ। ਥੈਂਕ ਯੂ ਜੀ, ਐਂਡ ਗੁੱਡ ਲੱਕ ਵੀਰੇ। ਥੈਂਕ ਯੂ। ਅੱਗੇ ਮੁੱਛ ਖੜੀ ਰੱਖਣੀ ਆ, ਜੋ ਗੱਲਾਂ ਉੱਥੋਂ ਸੁਣਨ ਨੂੰ ਮਿਲੀਆਂ ਉਹਨਾਂ 'ਤੇ ਫਿਰ, ਹੈ ਨਾ, ਧਿਆਨ ਦੇਣਾ। ਗੁੱਡ ਲੱਕ। ਲੈਟਸ ਕਾਲ ਅਪੋਨ ਔਨ ਦਾ ਸਟੇਜ, ਲੁਧਿਆਣੇ ਤੋਂ ਆ ਰਹੀ ਹੈ ਜੀ ਸੁਰਭੀ। ਕਾਬੂ ਵਿੱਚ ਆਵੇ ਮਨ ਵੇ, ਦੱਸ ਕਿਵੇਂ ਮੈਨੂੰ ਸਮਝਾਵਾਂ, ਨਾ ਕਾਬੂ ਵਿੱਚ ਆਵੇ ਮਨ ਵੇ, ਮੇਰੇ ਵੇਖਦੇ ਹੀ ਬਦਲਾ ਨੇ ਆਪਣੀ ਬੁਕਲ ਲਕੋਇਆ ਚੰਨ ਵੇ, ਮੇਰੇ ਵੇਖਦੇ ਹੀ ਬਦਲਾ ਨੇ ਆਪਣੀ ਬੁਕਲ ਲਕੋਇਆ ਚੰਨ ਵੇ, ਵੇਖ ਖੇਡੇ ਛੁਪਣ ਛੁਪਾਉਣ ਦਾ, ਵੇਖ ਖੇਡੇ ਛੁਪਣ ਛੁਪਾਉਣ ਦਾ, ਵੇ ਅੱਖੀਆਂ 'ਚ ਨੀਂਦ ਉੱਡ ਗਈ ਹਾਏ, ਵੇ ਅੱਖੀਆਂ 'ਚ ਨੀਂਦ ਉੱਡ ਗਈ। ਚੜਕੇ ਚੁਬਾਰੇ ਮੰਜਾ ਡਾਲਿਆ ਹਾਏ ਵੇ ਮੇਰਾ ਦਿਲ ਤੜਕੇ, ਵੇ ਮੈਂ ਚੜਕੇ ਚੁਬਾਰੇ ਮੰਜਾ ਡਾਲਿਆ ਹਾਏ ਵੇ ਮੇਰਾ ਦਿਲ ਤੜਕੇ, ਚਿੱਤ ਕਰੇ ਉੱਡ ਤੇਰੇ ਕੋਲ ਆ ਜਾਵਾਂ, ਮੈਂ ਬਦਲਾਂ ਦੀ ਕੰਨੀ ਫੜ ਕੇ,
चित करे उड तेरे कोल आ जावा मैं बदला दी कन्नी फड़ के चेता भुल गया हाँ जी सुरभि किदा दी परफॉर्मेंस सीगी मैं अपना बेस्ट दिता बेस्ट दिता ओके हाँ जी नूरी मैम किदा दी लगी सुरभि दी परफॉर्मेंस तुसी घबराए क्यों होए हो एदा ही मैम एदी रहने हो अच्छा आज ही घबराए सीगे जी गला खराब है हाँ जी मैम अच्छा ताई क्योंकि तुहाडी आवाज बहुत प्यारी है गाना बहुत सोहना है थैंक यू बहुत सोहना गाना है और ਤੁਹਾਡੀ ਆਵਾਜ਼ ਨੂੰ ਸੂਟ ਵੀ ਕਰਦਾ ਸੀਗਾ ਇਹ ਕਿਉਂਕਿ ਕਈ ਗਾਣੇ ਐਸੇ ਹੁੰਦੇ ਕੋਈ ਕੰਪੋਜੀਸ਼ਨ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਖਾਸ ਕਿਸੇ ਆਵਾਜ਼ 'ਤੇ ਢੁੱਕਦੀਆਂ ਹੁੰਦੀਆਂ ਨੇ ਤੁਹਾਡੀ ਜਿੰਨੀ ਮਿੱਠੀ ਆਵਾਜ਼ ਆ ਉਹ ਇਹ ਢੁੱਕਦੀ ਸੀ ਤੁਹਾਡੇ ਉੱਤੇ ਨਾ ਇਹ ਪਰ ਕਿਤੇ ਕਿਤੇ ਤੁਸੀਂ ਇਰਾਦੇ ਬਹੁਤ ਸੋਹਣੇ ਲੈ ਵੀ ਰਹੇ ਸੀ ਕਿਤੇ ਕਿਤੇ ਤੁਹਾਡੇ ਨਹੀਂ ਵੀ ਲੱਗ ਰਹੇ ਸੀ ਨਾ ਸੁਰ ਦਾ ਕਾਫੀ ਫਰਕ ਆ ਰਿਹਾ ਸੀਗਾ ਸੋ ਗਲੇ ਖਰਾਬ ਕਰਕੇ ਵੀ ਹੋ ਸਕਦਾ ਹੈ ਜਾਂ ਤੁਸੀਂ ਕੋਨਫੀਡੈਂਸ ਕਈ ਵਾਰੀ ਬੰਦੇ ਦਾ ਲੂਜ਼ ਹੋ ਜਾਂਦਾ ਹੈ ਗਲੇ ਕਰਕੇ ਨਾ ਤਾਂ ਵੀ ਹੋ ਜਾਂਦਾ ਹੈ ਪਰ ਕੋਈ ਗੱਲ ਨਹੀਂ ਵਧੀਆ ਧਿਆਨ ਦਿਓ ਸੁਰ ਦੀ ਪਕੜ ਰੱਖੋ ਹੈ ਨਾ ਪਰਮਾਤਮਾ ਸੱਚੇ ਪਾਤਸ਼ਾਹ ਮਾਂ ਸਰਸਵਤੀ ਤੁਹਾਡੇ ਤੇ ਕਿਰਪਾ ਕਰੇ ਥੈਂਕ ਯੂ ਕਿਟੂ ਬਾਜੀ ਕੀ ਕਹਿਣਾ ਚਾਹੋਗੇ ਤੁਸੀਂ ਬਈ ਮੈਨੂੰ ਤਾਂ ਸਭ ਤੋਂ ਪਹਿਲਾਂ ਗੀਤ ਦੇ ਬੋਲ ਬਹੁਤ ਹੀ ਕਮਾਲ ਦੇ ਲੱਗੇ ਪਹਿਲਾਂ ਤਾਂ ਗੀਤਕਾਰ ਵਾਸਤੇ ਬਹੁਤ ਮੁਬਾਰਕਾਂ ਵਧਾਈ ਦਾ ਪਾਤਰ ਹੈ ਜਿਹਨੇ ਵੀ ਲਿਖਿਆ ਗੀਤ ਇਹ ਦੂਸਰੀ ਗੱਲ ਜੋ ਮੈਡਮ ਨੇ ਤੁਹਾਨੂੰ ਦੱਸਿਆ ਉਹ ਹੁਣ ਤੁਸੀਂ ਕਹਿ ਦਿੱਤਾ ਕਿ ਗਲਾ ਖਰਾਬ ਹੈ ਮਤਲਬ ਮੌਸਮ ਅੱਜ ਕੱਲ੍ਹ ਇੱਦਾਂ ਦਾ ਚੱਲ ਰਿਹਾ ਅਤੇ ਕਿਉਂਕਿ ਮੈਨੂੰ ਇਹ ਲੱਗ ਰਿਹਾ ਸੀ ਕਿ ਗਾਣੇ ਦਾ ਸਕੇਲ ਉੱਚਾ ਹੋ ਸਕਦਾ ਸੀ ਗਾਣੇ ਦਾ ਸਕੇਲ ਬਹੁਤ ਡਾਊਨ ਸੀ ਡਾਊਨ ਸਕੇਲ ਹੋਣ ਕਰਕੇ ਗਾਣੇ ਦਾ ਉਹ ਮਜ਼ਾ ਨਹੀਂ ਸੀ ਆ ਰਿਹਾ ਜੋ ਗਾਣੇ ਦਾ ਆਉਣਾ ਚਾਹੀਦਾ ਗੀਤ ਦਾ ਮਜ਼ਾ ਨਾ ਉਹ ਨਹੀਂ ਸੀ ਆ ਰਿਹਾ ਬਟ ਅਦਰਵਾਈਜ਼ ਸੁਰੀਲੇ ਹੋ ਤੁਸੀਂ ਗਲੇ ਜਦੋਂ ਹਥਿਆਰ ਖੁੱਟੇ ਹੋਣ ਕਿਸੇ ਫੌਜੀ ਦੇ ਉਹ ਫਿਰ ਜੱਗ 'ਚ ਪ੍ਰੋਪਰ ਆਪਣੀ ਪਰਫੋਰਮੈਂਸ ਦੇ ਨਹੀਂ ਪਾਉਂਦਾ ਇਹ ਉਹੀ ਮਸਲਾ ਹੋਇਆ ਹੈ ਅਤੇ ਅਦਰਵਾਈਜ਼ ਠੀਕ ਸੀ ਆਲ ਦਾ ਬੈਸਟ ਗੋਡ ਬਲੈਸ ਹਾਂਜੀ ਹਰਸ਼ ਸਰ ਬਹੁਤ ਵਧੀਆ ਸੀ ਜੀ ਪਹਿਲਾਂ ਤਾਂ ਗੀਤ ਹੀ ਬਹੁਤ ਕਮਾਲ ਦਾ ਸੀ ਅਸੀਂ ਚੱਲਦੇ ਗੀਤ ਦੇ ਦੌਰਾਨ ਵੀ ਇਹੀ ਗੱਲ ਕੀਤੀ ਵੀ ਗੀਤ ਬਹੁਤ ਕਮਾਲ ਲਿਖਿਆ ਹੋਇਆ ਸੋ ਇੱਦਾਂ ਦੇ ਗੀਤ ਸਾਡੀ ਝੋਲੀ ਪੈਣਗੇ ਇੱਦਾਂ ਦੇ ਗੀਤ ਸਾਹਮਣੇ ਆਉਣਗੇ ਇਸ ਪ੍ਰੋਗਰਾਮ ਦੇ ਜ਼ਰੀਏ ਪਹਿਲਾਂ ਤਾਂ ਇਸ ਚੀਜ਼ ਦੀ ਵਧਾਈ ਆ ਸਮੁੱਚੀ ਗਾਉਂਦਾ ਪੰਜਾਬ ਦੀ ਟੀਮ ਨੂੰ ਅਤੇ ਬਾਕੀ ਇਹਨਾਂ ਨੇ ਵੀ ਬਹੁਤ ਵਧੀਆ ਗਾਇਆ ਅਤੇ ਸਮਝ ਹੈਗੀ ਆ ਗੀਤ ਦੀ ਉਹ ਵੱਡੀ ਗੱਲ ਹੁੰਦੀ ਆ ਅਤੇ ਕਿਉਂਕਿ ਜਿਵੇਂ ਪਹਿਲਾਂ ਕਿਹਾ ਕਈ ਵਾਰੀ ਸਰਕਮਸਟੈਂਸਿਸ ਇੱਦਾਂ ਦੇ ਬਣ ਜਾਂਦੇ ਨੇ ਗਲਾ ਖਰਾਬ ਹੁੰਦਾ ਟਾਈਮ ਨਹੀਂ ਹੁੰਦਾ ਪਰ ਇਹਨਾਂ ਨੂੰ ਗੀਤ ਦੀ ਸਮਝ ਆ ਸੋ ਬਹੁਤ ਵਧੀਆ ਪਰਫੋਰਮ ਕੀਤਾ ਇੱਦਾਂ ਦੇ ਗੀਤ ਇਹਨਾਂ ਦੀ ਆਵਾਜ਼ ਨੂੰ ਸੂਟ ਕਰਦੇ ਨੇ ਸੋ ਕੰਪੀਟੀਸ਼ਨ ਦੇ ਵਿੱਚ ਅੱਗੇ ਜਾ ਕੇ ਵੀ ਇੱਦਾਂ ਦੇ ਚੰਗੇ ਗੀਤ ਗਾਉਣਗੇ ਥੈਂਕ ਯੂ ਜੱਜਸ ਤੇ ਮੈਨੂੰ ਐਂ ਲੱਗਦਾ ਜੀ ਇਹਨਾਂ ਵੱਲ ਦੇਖ ਕੇ ਨਾ ਵੀ ਜਿੱਦਾਂ ਇਹ ਬਾਲਾ ਮਤਲਬ ਕੈਮਿਸਟਰੀ ਫਿਜ਼ਿਕਸ ਮੈਥਸ ਦੀਆਂ ਕਿਤਾਬਾਂ ਪੜ੍ਹਦੇ ਹੋਣ ਐਗਜ਼ੈਕਟਲੀ ਹੈ ਨਾ ਇਦਾਂ ਦੀ ਗੱਲ ਹੈ ਨਹੀਂ ਹੈਗਾ ਪੜ੍ਹਦੇ ਨਹੀਂ ਹੈਗੇ ਪੜ੍ਹੇ ਲਿਖੇ ਨਹੀਂ ਹੈਗੇ ਨਹੀਂ ਪੜ੍ਹੇ ਲਿਖੇ ਹੈਗੇ ਹਾਂ ਇੰਟਰਸਟਿਡ ਨਹੀਂ ਹੈ ਸਟੱਡੀ ਮਤਲਬ ਇੰਟਰਸਟ ਨਹੀਂ ਹੈ ਪੜ੍ਹਾਈ ਪੜ੍ਹਾਈ 'ਚ ਹੈ ਕਿੱਥੇ ਜਾ ਕੇ ਛੱਡਤੀ ਜਾਂ ਛੱਡਣੀ ਜਾਂ ਸੋਚ ਰਹੇ ਹਾਂ ਬੀਕੌਮ ਕੰਪਲੀਟ ਹੋ ਗਿਆ ਕੰਪਲੀਟ ਹੋ ਗਿਆ ਪੱਕੀ ਗੱਲ ਹੈ ਮਤਲਬ ਹੁਣ ਗਾਇਕੀ ਵੱਲ ਨੂੰ ਭੇਜਤਾ ਕਰਦੇ ਨੇ ਹੈ ਨਾ ਮਤਲਬ ਹੁਣ ਤੁਸੀਂ ਜਿਹੜੀ ਉਧਰੋਂ ਗੱਲਾਂ ਕਹੀਆਂ ਗਈਆਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸੁਣ ਕੇ ਵਿਚਾਰ ਕਰਕੇ ਹੋਰ ਚੰਗੀ ਤਰ੍ਹਾਂ ਅੱਗੇ ਪਰਫਾਰਮ ਕਰ ਸਕਦੇ ਹੋ ਹੈ ਨਾ ਬਟ ਫਿਲਹਾਲ ਅੱਛੇ ਕਮੈਂਟਸ ਮਿਲੇ ਓਵਰਆਲ ਇੱਕ ਵਾਰ ਤਾੜੀਆਂ ਐਂਡ ਬੈਸਟ ਵਿਸ਼ਸ ਨੂਰੀ ਮੈਮ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਜੀ ਕਿ ਜਦੋਂ ਦਾ ਵੀ ਅਸੀਂ ਤੁਹਾਨੂੰ ਦੇਖਦੇ ਹਾਂ ਟੀਵੀ ਦੇ ਉੱਤੇ ਗਾਉਂਦਿਆਂ ਦੇਖਦੇ ਹਾਂ ਗੱਲਾਂ ਕਰਦੇ ਹੋਏ ਦੇਖਦੇ ਹਾਂ ਜੀ ਤੁਹਾਡੀ ਇੱਕ ਵੱਖਰੀ ਜੀ ਪੋਜ਼ਿਟਿਵਿਟੀ ਹੈ ਕੋਈ ਵੀ ਟੈਨਸ਼ਨ ਹੋਵੇ ਮੂਡ ਆਫ ਹੋਵੇ ਮੈਂ ਕਿਹਾ ਤੁਹਾਨੂੰ ਦੇਖ ਲਈਦਾ ਤੁਹਾਡੀਆਂ ਗੱਲਾਂ ਸੁਣ ਲਈਦੀਆਂ ਨੇ ਉਹ ਟੈਨਸ਼ਨ ਜਮ੍ਹਾਂ ਲੱਥ ਜਾਂਦੀ ਹੈ ਜੀ ਬਿਲਕੁਲ ਐਕਚੁਅਲੀ ਕਿਉਂਕਿ ਉਹਨਾਂ ਦੇ ਨਾਮ ਵਾਂਗ ਹੀ ਉਹਨਾਂ ਦੇ ਚਿਹਰੇ ਤੇ ਇੰਨਾ ਨੂਰ ਹੈ ਐਵੇਂ ਦੀ ਖੂਬਸੂਰਤੀ ਨਾ ਰੱਬ ਕਿਸੇ ਕਿਸੇ ਨੂੰ ਹੀ ਬਖਸ਼ਦਾ ਹੈ ਇਹ ਗੱਲ ਬਿਲਕੁਲ ਪੱਕੀ ਹੈ ਜੀ
कि जदों भी अजिहे शख्सियत दे दर्शन होंदे ने तां पिंडां दे चुबारे भी हिल जांदे ने। ते इसे ही खूबसूरती नूं बयान करन हारे ने साडे अगले कंटेस्टेंट जिन्हां दा नाम है सुखजिंदर सिंह बठिंडा तों। मटका के चक्की नी कुड़िया चो बोली पाके नी जद तू खिड़ खिड़ के हसी नी कुड़िया चो बोली पाके नी जद तू खिड़ खिड़ के हसी नी साडे पिंड ते हिलण चुबारे नी जद तू गिद्दे विच नची नी साडे पिंड ते हिलण चुबारे नी जद तू गिद्दे विच नची नी साडे पिंड ते हिलण चुबारे नी जद तू गिद्दे विच नची नी। सब नू हस हस के तू तक दी नी तू वांग चटी दे लिफ जांदी की सिफत करा तेरे लग दी नी तू वांग चटी दे लिफ जांदी की सिफत करा तेरे लग दी नी सब कुड़ियां नच नच हार गियां पर तू नच दी ना थकी नी साडे पिंड दे हिलण चबारे नी जद तू गिद्दे विच नची नी साडे पिंड दे हिलण चबारे नी जद तू गिद्दे विच नची नी साडे पिंड दे हिलण चबारे नी जद तू गिद्दे विच नची नी। हां जी सुखजिंदर जी सोना गाया तुसी? हां जी। ओके पुछे जो जिस नू सोना तां गा लिया पर इहदी फतूई टाइट होगी लगदी मैनू शब्दावली च पर मैनू मेरे बचपन की फतूई चकदी मैं लभदा भी रहा अलमारी च कौन दे गया अज सब मैं पता लग्या अच्छा कोई एदा भी चक के ले सकता है ना गायक का किन्ने साल बाद आ गए कदों मिली है बेड़े केड़े शहर का तू बठिंडा जी पिंड केड़ा सुखजिंदर सिंह मैं लगता सारा जोर ड्रेसिस ते ही लाता है ना ते नहीं एदां दी कोई गल नहीं की चक्कर सी घबराए हुए सी की प्रॉब्लम सी तुसी शुरू करन लगे गीत शुरू करन लगे भी भुल गए ते गाना जिथे वाइंड अप करना सी जिथे एंड सी गाने दा उत्थे भी तुसी भुल गए ते की चक्कर तैयारी घट सी तैयारी घट सी हां टाइम वो घट सीगा इदां नहीं हुंदा टाइम बहुत घट वाली ते गल ही नहीं जदों थोनू एक गीत मैं समझ सकदा नवा गीत थोड़ा जिहा जुबान ते चढ़न नू टाइम लगदा पर जदों तुसी अपने टारगेट नू फिक्स किया हों ना उत्ते फोकस किया हों फिर थोनू समय की कोई पाबंदी नहीं रही जिदा ही तुम भुले नाल ही थोड़ा सुर भी बिखर गया क्योंकि थोड़ा ध्यान सारा उधर हो गया फोकस हिल गया गाने तो और थोड़ा सुर भी हिल गया। सो अगे तो जो भी तुम इदा के कंपीटिशन च जाओ बाकी सारा कुछ भुल जाओ सिर्फ फोकस करो कि मैं करना की है अपनी पूरी तैयारी करके जाओ जो तुम तैयारी करके जाने हो ना फिर सवाल ही पैदा नहीं हुंदा कि थोड़ी बल्ले बल्ले ना होए याद रखियो बाकी सब कुछ ठीक है थोड़ा जाए इधर ध्यान दे। थैंक यू सर। ठीक है जी गॉड ब्लेस। नूरी जी तुसी की कहना चाहोगे जी फिर जिवें किट्टू जी ने दसिया कि स्टूडियो दे विच गाने कई बारी मौके ते बनते ने यह तो है नहीं गा कि तुसी कुछ होर करना है तो तुसी वैसे इंजॉय जा करन वास्ते आ गए ना यह तो नहीं है ना तुसी इस लाइन च अगे वधना है कुछ करके दिखाउणा दुनिया नूं ਤਾਂ ਤੁਹਾਡਾ ਧਿਆਨ ਵੀ ਉੱਥੇ ਹੀ ਰਹਿਣਾ ਚਾਹੀਦਾ ਹੋਰ ਸਾਰੀ ਦੁਨੀਆ ਨੂੰ ਭੁੱਲ ਜਾਣਾ ਚਾਹੀਦਾ ਕਿੱਥੇ ਕੀ ਹੋ ਰਿਹਾ ਹੈ ਸਿਰਫ ਫੋਕਸ ਤੁਹਾਡਾ ਉੱਥੇ ਮਿਊਜ਼ਿਕ ਦੇ ਉੱਤੇ ਹੋਣਾ ਚਾਹੀਦਾ ਫਿਰ ਕਦੇ ਵੀ ਨਾ ਤੁਹਾਨੂੰ ਜਿਹੜਾ ਸਵਰ ਹੈਗਾ ਤੁਹਾਨੂੰ ਪਰੇ ਨਹੀਂ ਕਰੇਗਾ ਜਿਹੜਾ ਸੰਗੀਤ ਆ ਨਾ ਉਹ ਕਹਿੰਦਾ ਤੂੰ ਮੇਰੇ ਵੱਲ 10 ਕਦਮ ਆ ਮੈਂ ਤੇਰੇ ਵੱਲ 40 ਕਦਮ ਵੱਧ ਕੇ ਆਵਾਂਗਾ ਵਧੀਆ ਤੁਹਾਡੀ ਆਵਾਜ਼ ਹੈਗੀ ਆ ਪਰ ਉਹਨੂੰ ਸੁਰ ਦੇ ਉੱਤੇ ਵੀ ਸਾਰਾ ਕੁਛ ਕਾਇਮ ਕਰੋ ਤੇ ਮਾਲਕ ਕਿਰਪਾ ਕਰੇ ਜੋ ਵੀ ਥੈਂਕ ਯੂ ਮੈਮ
ਹਾਂਜੀ ਚੀਮਾ ਸਰ ਹਾਂਜੀ ਬਣਦੇ ਸੁਝਾਅ ਦੇ ਦਿੱਤੇ ਗਏ ਨੇ ਜੀ ਗਿੱਟੂ ਜੀ ਵੱਲੋਂ ਤੇ ਮੈਮ ਵੱਲੋਂ ਤੇ ਮੈਂ ਵੀ ਬਾਈ ਨੂੰ ਇਹੀ ਕਹੂੰਗਾ ਸੁਖਜਿੰਦਰ ਨੂੰ ਵੀ ਆਉਣ ਵਾਲੇ ਟਾਈਮ ਲਈ ਤੁਹਾਨੂੰ ਗੁੱਡ ਲੱਕ ਆ ਪਰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਬੜਾ ਲਾਜ਼ਮ ਆ ਕਿਉਂਕਿ ਗੀਤ ਮਿਲਣ ਦਾ ਯਾਦ ਹੋਣਾ ਇਹ ਤਾਂ ਪਹਿਲਾ ਸਟੈਪ ਆ ਤੇ ਗਾਇਕੀ ਦਾ ਹਨਾ ਤੇ ਕੋਈ ਵੀ ਕਿਤੇ ਵੀ ਆਪਾਂ ਪਰਫੋਰਮ ਕਰਨਾ ਮੰਨ ਲਓ ਕੋਈ ਆਰਟਿਸਟ ਸਟੇਜ ਤੇ ਪਰਫੋਰਮ ਕਰਦਾ ਜੇ ਉਹਦੇ ਸ਼ਬਦ ਨਹੀਂ ਯਾਦ ਹੈਗੇ ਤਾਂ ਉਹਦਾ ਅਸਰ ਤਾਂ ਘੱਟ ਹੀ ਜਾਣਾ ਪਹਿਲਾਂ ਹੀ ਘੱਟ ਜਾਣਾ ਹਨਾ ਸੋ ਉਦੋਂ ਬਾਅਦ ਉਹਨੂੰ ਗਾਉਣਾ ਤੇ ਕਿਵੇਂ ਗਾਉਣਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਤੇ ਸ਼ਬਦ ਪਹਿਲਾਂ ਨੇ ਸੋ ਮੈਨੂੰ ਲੱਗਦਾ ਵੀ ਗੀਤ ਯਾਦ ਕਰਕੇ ਜੇ ਗੀਤ ਨਾਲ ਇੱਕ ਮਿੱਕ ਹੋਣਾ ਤਾਂ ਗੀਤ ਤੁਹਾਨੂੰ ਯਾਦ ਹੋਣਾ ਤਾਂ ਬਹੁਤ ਜ਼ਰੂਰੀ ਆ ਸੋ ਇਹਨਾਂ ਚੀਜ਼ਾਂ ਦਾ ਇਹਨਾਂ ਸੁਝਾਵਾਂ ਨੂੰ ਆਪਣੇ ਨਾਲ ਲੈ ਕੇ ਚੱਲਿਓ ਜ਼ਿੰਦਗੀ ਦੇ ਵਿੱਚ ਇੱਥੇ ਕੰਪੀਟੀਸ਼ਨ 'ਚ ਵੀ ਜ਼ਿੰਦਗੀ 'ਚ ਵੀ ਤੁਹਾਡੇ ਬਹੁਤ ਕੰਮ ਆਉਣਗੇ ਥੈਂਕ ਯੂ ਜੀ ਥੈਂਕ ਯੂ ਜੀ ਐਂਡ ਗੁੱਡ ਲੱਕ ਟੂ ਯੂ ਇੱਥੇ ਬਹੁਤ ਹੀ ਇੱਕ ਖੂਬਸੂਰਤ ਤੇ ਯੂਨੀਕ ਜਿਹਾ ਮਾਹੌਲ ਸਜਿਆ ਜੀ ਸਾਡੇ ਇਸ ਸਟੂਡੀਓ ਦੇ ਵਿੱਚ ਕਿਉਂਕਿ ਇਹ ਸ਼ੋਅ ਹੀ ਯੂਨੀਕ ਹੈ ਯੂਨੀਕ ਟੈਲੈਂਟ ਹੰਟ ਸ਼ੋਅ JLPL ਗਾਉਂਦਾ ਪੰਜਾਬ ਇੱਕ ਪਿੰਡ ਇੱਕ ਕਲਾਕਾਰ ਸੋ ਬਹੁਤ ਹੀ ਖੂਬਸੂਰਤੀ ਨਾਲ ਸਾਡਾ ਪ੍ਰੋਗਰਾਮ ਅੱਗੇ ਵੱਧਦਾ ਜਾ ਰਿਹਾ ਅਸੀਂ ਬਹੁਤ ਆਨੰਦ ਮਾਣ ਰਹੇ ਹਾਂ ਜੀ ਸੋ ਇਸ ਆਨੰਦਮਈ ਮਾਹੌਲ ਨੂੰ ਅੱਗੇ ਵਧਾਉਂਦੇ ਹਾਂ ਦੁੱਗਣਾ ਚੌਗਣਾ ਕਰਦੇ ਹਾਂ ਤੁਹਾਡੇ ਸਾਰਿਆਂ ਲਈ ਤੇ ਹੁਣ ਲੈ ਕੇ ਆ ਰਹੇ ਹਾਂ ਜੀ ਸਾਡੇ ਅਗਲੇ ਕੰਟੈਸਟੈਂਟ ਨੂੰ ਜਿਹਦਾ ਨਾਮ ਹੈ ਜੀ ਅਮਨਪ੍ਰੀਤ ਕੌਰ ਅਮਨਪ੍ਰੀਤ ਕੌਰ ਜੀ ਬੜੀ ਐਨਰਜੈਟਿਕ ਪਰਫਾਰਮੈਂਸ ਆਪਣੇ ਵੱਲੋਂ ਇਹਨਾਂ ਦਿੱਤੀ ਹੈਗੀ ਤੇ ਉਹੀ ਐਨਰਜੀ ਜੱਜਸ ਤੱਕ ਪਹੁੰਚੀ ਕਿ ਨਹੀਂ ਆਪਾਂ ਫਿਰ ਜਾਣੀਏ ਜੀ ਕਿਹਨਾਂ ਤੋਂ ਲਈਏ ਸਭ ਤੋਂ ਪਹਿਲਾਂ ਕਮੈਂਟਸ ਸਰ ਤੁਸੀਂ ਦੱਸ ਦਿਓ ਮੈਨੂੰ ਤਾਂ ਪਤਾ ਹੀ ਹੈ ਮੈਂ ਤਾਂ ਫਿਰ ਕਹਿ ਦੇਣਾ ਨਾਮ ਤੁਸੀਂ ਮੈਂ ਕਿਹਾ ਤੁਹਾਡੀ ਕੋਈ ਚੁਆਇਸ ਹੋਵੇ ਤਾਂ ਨੂਰੀ ਮੈਮ ਤੋਂ ਨੂਰੀ ਜੀ ਪੁੱਤ ਪਹਿਲਾਂ ਤਾਂ ਤੁਸੀਂ ਸੋਹਣੇ ਬਹੁਤ ਲੱਗਦੇ ਪਏ ਹੋ ਥੈਂਕ ਯੂ ਮੈਮ ਸਵੀਟ ਜੀ ਕੁੜੀ ਹੈ ਜੋਸ਼ ਨਾਲ ਗਾਇਆ ਹੈ ਆਵਾਜ਼ ਬਹੁਤ ਜ਼ਿਆਦਾ ਸੋਹਣੀ ਹੈ ਤੁਹਾਡੀ ਥੈਂਕ ਯੂ ਮੈਮ ਪਰ ਤੁਸੀਂ ਘਬਰਾ ਕੇ ਕਿਉਂ ਗਾ ਰਹੇ ਸੀਗੇ ਕੀ ਗੱਲ ਜਦੋਂ ਉੱਪਰ ਜ਼ਿਆਦਾ ਉੱਪਰ ਨੋਟ ਜਾਂਦਾ ਸੀ ਉਦੋਂ ਘਬਰਾ ਜਾਂਦੇ ਸੀ ਹਨਾ ਹਾਂਜੀ ਮੈਮ ਨਹੀਂ ਸੀ ਲੱਗ ਰਿਹਾ ਹਨਾ ਉੱਪਰਾਂ ਨੋਟ ਮੈਮ ਗਲੇ ਕਰਕੇ ਸੀ ਥੋੜਾ ਫੀਵਰ ਸੀ ਨਾ ਮੈਨੂੰ ਉਦ ਕਰਕੇ ਅੱਛਾ ਅੱਛਾ ਹਾਂਜੀ ਤਾਂ ਕਰਕੇ ਹੋ ਰਿਹਾ ਸੀ ਹਨਾ ਹਾਂਜੀ ਕੋਈ ਗੱਲ ਨਹੀਂ ਚਲੋ ਆਵਾਜ਼ ਤੁਹਾਡੀ ਬਹੁਤ ਪਿਆਰੀ ਆ ਤੁਸੀਂ ਬਹੁਤ ਕੋਸ਼ਿਸ਼ ਕੀਤੀ ਵਧੀਆ ਪਰਫਾਰਮ ਕਰਨ ਦੀ ਪਰ ਸੁਰ ਕਰਕੇ ਥੋੜਾ ਕਿਤੇ ਕਿਤੇ ਜਿਹੜੀ ਗੜਬੜ ਹੋ ਰਹੀ ਸੀ ਉਹਨੂੰ ਸੰਭਾਲ ਕੇ ਅੱਗੇ ਨੂੰ ਹਨਾ ਸੁਰ ਦਾ ਪੂਰਾ ਅਭਿਆਸ ਕਰਕੇ ਬਾਕੀ ਜਦੋਂ ਆਵਾਜ਼ ਏਦਾਂ ਹੁੰਦੀ ਹੈ ਨਾ ਤਾਂ ਗਲੇ ਨੂੰ ਜਦੋਂ ਤੁਸੀਂ ਘੁੱਟ ਕੇ ਗਾਉਂਦੇ ਹੋ ਨਾ ਫਿਰ ਉਹ ਫਿਰ ਜ਼ਿਆਦਾ ਪ੍ਰੋਬਲਮ ਆਉਂਦੀ ਆ ਕੋਈ ਗੱਲ ਨਹੀਂ ਹੋ ਜੂਗਾ ਠੀਕ ਅਭਿਆਸ ਕਰੋ ਵਧੀਆ ਮਹਾਮਾਈ ਕਿਰਪਾ ਕਰੂਗੀ ਹਾਂਜੀ ਕਿਟੋ ਸਰ ਦੱਸ ਹੀ ਦਿੱਤਾ ਠੀਕ ਸੀ ਵਧੀਆ ਹੋ ਸਕਦਾ ਸੀ ਤੇ ਵਧੀਆ ਹੋ ਸਕਦਾ ਮੇਰੇ ਖਿਆਲ ਨਾਲ
ये तो सब नाल ही प्रॉब्लम चल रही है जो इस टाइम वैदर का जो हाल है मतलब अनप्रडिक्टेबल वैदर चल रहा है उसके करके पर मेरे ख्याल नाल इस चीज़ का बहाना नहीं बनाना चाहिए किसी भी कंटेस्टेंट्स तो भी क्योंकि जदों कोई इदा की प्रॉब्लम होंगी सानू इतने बैठे पता भी लग जाता है कि हाँ यदा गला ठीक नहीं है और तुसी वो सुर ला सकते हो या नहीं ला सकते ये भी पता लग जाता इतने बैठे कि गला खराब ना होने की वजह करके लग रहा या सच्ची लग ही नहीं रहा ठीक सी वधिया हो सकता है मेहनत करोगे और वधिया हो जूगा ठीक है थैंक यू सर मेहनत जारी रखो बस अपनी गॉड ब्लेस थैंक यू सर हर्ष भाई की कहना चाहोगे जी हाँ जी टेक्निकली जो इशू सी वो दसता उन्होंने पर मैं लगता भी अमनप्रीत होना ने जिन्ने वधिया कैरी किया होते आप ना तो जो फोक इन्होंने गाया फोक गाने वास्ते इदा का लिबास होना बड़ा लाजमी सी सो उस चीज़ की मैं बधाई देना भी थोड़ी सोच चंगी है तुसी चंगीयां चीज़ां गा रहे हो चंगीयां चीज़ां अगे लैके आ रहे हो तो अगे इन्हां चीज़ों का ध्यान रखते हुए अगे वधो तो कामयाबी जरूर मिलेगी थोनू गॉड ब्लैस यू थैंक यू सर थैंक यू जी एंड गुड लक टू यू इस सुरीले माहौल हुण आपां अगे वधाउने आ जी हुण आ रिहा साडा अगला कंटेस्टेंट पटियाले तों लवप्रीत होर बड़े दिलां नूं दिलां दे चोर बड़े वे असी ते तुहारे हारे वे दिल ते तो वारे वारे नित ही तकदियां अखियां हड़ावे हड़ा मर जूना तकया तू मेरी जिंदगी वरगा है मैं जिंदगी तेरा ना रखिया तू जिथे मर्जी रख सजना मैं तेनू रब दी थां रखिया तू मेरी जिंदगी वरगा है मैं जिंदगी तेरा ना रखिया तू जिथे मर्जी रख सजना मैं तेनू रब दी थां रखिया गुस्से चो भी प्यार दिसे तेरे गुस्से चो भी प्यार दिसे ते हासे हसने नाल तेरे जान तेरे तो जानवारा खड़ जी बस तू नाल मेरे तेरे लिए चली हो गई मेरी गल सुनता लै चलिया मेरी जिंदगी वरगा है मैं जिंदगी तेरा ना रखिया तू जिथे मर्जी रख सजना मैं तेनू रब दी थां रखिया तू मेरी जिंदगी वरगा है मैं जिंदगी तेरा ना रखिया तू जिथे मर्जी रख सजना मैं तेनू रब दी थां रखिया शरीर ते एक ही रूह तेरी मेरी सजना वे तेरे दिल विच घर मेरा तेरी गली चो लंघना वे तेरे दिल विच घर मेरा तेरी गली चो लंघना वे ओ गल सुन मैंगड़े वाले आवे ओ गल सुन मैंगड़े वाले आवे मैं तेरे पिंड चो थाम लिया तू मेरी जिंदगी वरगा है मैं जिंदगी तेरा ना रखिया तू जिथे मर्जी रख सजना मैं तेनू रब दी थां रखिया तू मेरी जिंदगी वरगा है मैं जिंदगी तेरा ना रखिया तू जिथे मर्जी रख सजना मैं तेनू रब दी थां रखिया मैं तेनू रब दी थां रखिया मैं तेनू रब दी थां रखिया लवप्रीत लव हो गया आपके गाने ना हो गया होया पूरा पूरा चलो ठीक है हाँ जी किट्टू सर कलम तो अड़ी क्या बात है कलम तो सलाम है बहुत अच्छा लिखा है पर सुर पूरे गाने च बिखरिया बिखरिया रहा तुसी मेरी गल ना सहमत हो या थानू लगता कि नहीं मैं गलत बोल रहा नहीं सर नहीं इदा नहीं अपने खुल के विचार दो कोई ऐसी गल नहीं तुसी जे थानू लगता तुसी ठीक हो तुसी कह सकते हो थोड़ा हक बनता थोड़ा उन्होंने पता होंगे मैं कितने गलती कर रहा या मेरा सुर लग रहा या नहीं लग रहा
ਤੇ ਉਸ ਚੱਕਰ ਚ ਮਿਹਨਤ ਹੋਰ ਕਰੋਗੇ ਤੇ ਸੁਰ ਵੀ ਤੁਹਾਡਾ ਠੀਕ ਹੋ ਜਾਏਗਾ। ਗਾਣਾ ਤਾਂ ਜਿਹੜਾ ਕੰਪੋਜੀਸ਼ਨ ਹੈ ਉਹ ਵੀ ਤੁਹਾਡੀ ਬਿਲਕੁਲ ਸਹੀ ਸੀ, ਠੀਕ ਹੈ, ਇਰਾਦੇ ਬਿਲਕੁਲ ਸਹੀ ਸੀ, ਦਿਮਾਗ 'ਚ ਹੈਗਾ, ਬਸ ਗਲੇ 'ਚ ਲਿਆਉਣ ਦੀ ਲੋੜ ਹੈ, ਉਹ ਮਿਹਨਤ ਨਾਲ ਹੀ ਆਉਣੇ, ਉਹਦੇ ਲਈ ਮੈਂ ਤੁਹਾਨੂੰ ਗੁੱਡ ਲੱਕ ਕਹੂੰਗਾ। ਨੂਰੀ ਜੀ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਇਹ ਕਹਾਂਗੀ ਤੁਸੀਂ ਗਾਣਾ ਬਹੁਤ ਸੋਹਣਾ ਲਿਖਿਆ, ਬਹੁਤ ਵਧੀਆ, ਕੰਪੋਜ਼ ਤੁਸੀਂ ਕੀਤਾ? ਯੈਸ ਮੈਮ। ਕੰਪੋਜ਼ ਵੀ ਤੁਹਾਡੀ ਬਹੁਤ ਅੱਛੀ ਸੀ ਤੇ ਔਰ ਤੁਸੀਂ ਗਾਉਣ ਦੀ ਕੋਸ਼ਿਸ਼ ਕੀਤੀ ਆ ਉਹਨੂੰ, ਜਿਵੇਂ ਕਿੱਟੂ ਜੀ ਨੇ ਦੱਸਿਆ ਕਿ ਤੁਹਾਡੇ ਦਿਮਾਗ 'ਚ ਸੁਰ ਹੈਗੇ ਨੇ, ਗਲੇ 'ਚ ਨਹੀਂ ਆਏ। ਦਿਮਾਗ 'ਚ ਹੋਣਾ ਵੀ ਬਹੁਤ ਵੱਡੀ ਗੱਲ ਆ, ਕਿਉਂਕਿ ਕੰਪੋਜ਼ ਤੁਸੀਂ ਵਧੀਆ ਤਾਂ ਹੀ ਕਰ ਸਕਦੇ ਹੋ ਜੇ ਤੁਹਾਡੇ ਦਿਮਾਗ ਦੇ ਵਿੱਚ ਸਵਰ ਹੈਗੇ ਨੇ। ਕੋਈ ਗੱਲ ਨਹੀਂ, ਸਾਰੀਆਂ ਚੀਜ਼ਾਂ ਦੇ ਵਿੱਚ ਬੰਦਾ ਪਰਫੈਕਟ ਵੀ ਨਹੀਂ ਹੁੰਦਾ, ਪਰ ਜੇ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰੋ, ਸਾਧਨਾ ਕਰੋ, ਫਿਰ ਹੋ ਵੀ ਜਾਂਦਾ ਹੈ। ਸੋ ਤੁਸੀਂ ਜਦੋਂ ਆਪਣੇ ਸੁਰ 'ਤੇ ਅਭਿਆਸ ਕਰੋਗੇ, ਤੁਹਾਨੂੰ ਆਵਾਜ਼ ਵੀ ਰੱਬ ਨੇ ਬਹੁਤ ਸੋਹਣੀ ਦਿੱਤੀ ਆ, ਵਧੀਆ ਆਵਾਜ਼ ਆ ਤੁਹਾਡੀ, ਅਤੇ ਜੇ ਤੁਸੀਂ ਸੁਰ ਦਾ ਅਭਿਆਸ ਕਰੋਗੇ ਤਾਂ ਇਹ ਵੀ ਸਾਰਾ ਕੁਝ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਵੀ ਕਹਿ ਸਕਦੇ ਹੋ ਗਲੇ ਤੋਂ ਫਿਰ, ਹੈ ਨਾ? ਬਹੁਤ ਵਧੀਆ। ਹਾਂਜੀ ਹਰਫ ਜੀ, ਮੇਰੇ ਵੱਲੋਂ ਵੀ ਗੁੱਡ ਲੱਕ ਲਵਪ੍ਰੀਤ ਬਾਈ, ਗੀਤ ਬਹੁਤ ਵਧੀਆ ਲਿਖਿਆ ਹੋਇਆ, ਕੰਪੋਜੀਸ਼ਨ ਬਹੁਤ ਵਧੀਆ, ਤੇ ਭਾਵੇਂ ਫਿਊਚਰ 'ਚ ਜਾ ਕੇ ਤੁਸੀਂ ਇਸੇ ਗੀਤ ਨੂੰ ਰਿਕਾਰਡ ਕਰਾ ਸਕਦੇ ਹੋ, ਇੰਨਾ ਇੰਨਾ ਖੂਬਸੂਰਤ ਗੀਤ ਹੈ ਇਹ, ਪਰ ਉਹਦੇ ਲਈ ਤਿਆਰੀ ਹੋਣੀ ਬਹੁਤ ਜ਼ਰੂਰੀ ਆ, ਤੇ ਜਿਵੇਂ ਅੱਜ ਸਟੇਜ ਦੇ ਉੱਤੇ ਤੁਸੀਂ ਗਾਇਆ ਉਹਦੇ ਨਾਲੋਂ ਕਈ ਗੁਣਾ ਬਿਹਤਰ ਜੇ ਤੁਸੀਂ ਗਾਓਗੇ ਤਾਂ ਇਹ ਗੀਤ ਜ਼ਰੂਰ ਮਕਬੂਲ ਹੋਊਗਾ ਅੱਗੇ ਜਾ ਕੇ, ਤੇ ਤੁਹਾਨੂੰ ਸ਼ੁਭਕਾਮਨਾਵਾਂ ਨੇ ਇਸ ਚੀਜ਼ ਲਈ। ਨਵਾਂ ਇੱਕ ਕੌਤਕ ਰਚਾ ਦੇ ਰੱਬਾ ਮੇਰੇ ਆ, ਦੋ ਦੋ ਦਿਲ ਸੀਨਿਆਂ ਚ ਪਾ ਦੇ ਰੱਬਾ ਮੇਰੇ ਆ। ਨਵਾਂ ਇੱਕ ਕੌਤਕ ਰਚਾ ਦੇ ਰੱਬਾ ਮੇਰੇ ਆ, ਦੋ ਦੋ ਦਿਲ ਸੀਨਿਆਂ ਚ ਪਾ ਦੇ ਰੱਬਾ ਮੇਰੇ ਆ। ਲੱਗੀ ਵਿੱਚ ਕਿਸੇ ਦੇ ਨਾ ਹੋ ਜਾਈਏ ਗੁਲਾਮ, ਲੱਗੀ ਵਿੱਚ ਕਿਸੇ ਦੇ ਨਾ ਹੋ ਜਾਈਏ ਗੁਲਾਮ, ਨਾਲੇ ਫੈਸਲੇ ਦਿਲਾਂ ਦੇ ਝਟਪਟ ਹੋਣਗੇ। ਇੱਕ ਦਗੇਬਾਜ਼ ਕਦੇ ਯਾਦ ਨਹੀਂ ਆਉਣੇ, ਦੂਜਾ ਤਰਲੇ ਮਰਾਉਣ ਵਾਲੇ ਘੱਟ ਹੋਣਗੇ। ਇੱਕ ਦਗੇਬਾਜ਼ ਕਦੇ ਯਾਦ ਨਹੀਂ ਆਉਣੇ, ਦੂਜਾ ਤਰਲੇ ਮਰਾਉਣ ਵਾਲੇ ਘੱਟ ਹੋਣਗੇ। ਮੇਰੇ ਪਿਆਰ ਵਿੱਚ ਇੰਨਾ ਕੁ ਫਰਕ ਸੀ, ਤਿੱਤਲੀ ਨੂੰ ਵੱਖ ਵੱਖ ਫੁੱਲਾਂ ਦਾ ਠਰਕ ਸੀ। ਤੇਰੇ ਮੇਰੇ ਪਿਆਰ ਵਿੱਚ ਇੰਨਾ ਕੁ ਫਰਕ ਸੀ, ਤਿੱਤਲੀ ਨੂੰ ਵੱਖ ਵੱਖ ਫੁੱਲਾਂ ਦਾ ਠਰਕ ਸੀ। ਸਾਡੇ ਵਾਂਗੂ ਰੂਹਾਂ ਵਾਲਾ ਮਿਲਣਾ ਨੀ ਪਿਆਰ, ਸਾਡੇ ਵਾਂਗੂ ਰੂਹਾਂ ਵਾਲਾ ਮਿਲਣਾ ਨੀ ਪਿਆਰ, ਦੰਦ ਮਾਰ ਕੇ ਨਿਓੜੇ ਸਭ ਨੱਠ ਹੋਣਗੇ। ਇੱਕ ਦਗੇਬਾਜ਼ ਕਦੇ ਯਾਦ ਨੀ ਆਉਣੇ, ਦੂਜਾ ਤਰਲੇ ਮਰਾਉਣ ਵਾਲੇ ਘੱਟ ਹੋਣਗੇ। ਅੱਗੇ ਬਾਜ ਕਦੇ ਯਾਦ ਨਹੀਂ ਆਉਣੇ, ਦੂਜਾ ਤਰਲੇ ਮਰਾਉਣ ਵਾਲੇ ਘੱਟ ਹੋਣਗੇ। ਸਾਨੂੰ ਲੈ ਕੇ ਬਹਿ ਗਈਆਂ ਨੇ ਸਾਡੀਆਂ ਦਲੇਰੀਆਂ, ਖੁੱਲਾ ਪਟਰੋਲ ਪਾ ਕੇ ਬੁਲਟਾਂ ਤੇ ਗੇੜੀਆਂ। ਸਾਨੂੰ ਲੈ ਕੇ ਬਹਿ ਗਈਆਂ ਨੇ ਸਾਡੀਆਂ ਦਲੇਰੀਆਂ, ਖੁੱਲਾ ਪਟਰੋਲ ਪਾ ਕੇ ਬੁਲਟਾਂ ਤੇ ਗੇੜੀਆਂ। ਦੱਸੋ ਕਿੱਥੋਂ ਮਿਲੂ ਟੁੱਟੇ ਦਿਲਾਂ ਦੀ ਦਵਾਈ, ਦੱਸੋ ਕਿੱਥੋਂ ਮਿਲੂ ਟੁੱਟੇ ਦਿਲਾਂ ਦੀ ਦਵਾਈ, ਨਾਲੇ ਸਿਲ ਕਿੱਥੋਂ ਜਿਗਰਾਂ ਦੇ ਫੱਟ ਹੋਣਗੇ। ਇੱਕ ਦਗੇਬਾਜ਼ ਕਦੇ ਯਾਦ ਨਹੀਂ ਆਉਣੇ, ਦੂਜਾ ਤਰਲੇ ਮਰਾਉਣ ਵਾਲੇ ਘੱਟ ਹੋਣਗੇ। ਇੱਕ ਦਗੇਬਾਜ਼ ਕਦੇ ਯਾਦ ਨਹੀਂ ਆਉਣੇ, ਦੂਜਾ ਤਰਲੇ ਮਰਾਉਣ ਵਾਲੇ ਘੱਟ ਹੋਣਗੇ। ਇੱਕ ਦਗੇਬਾਜ਼ ਕਦੇ ਯਾਦ ਨਹੀਂ ਆਉਣੇ, ਦੂਜਾ ਤਰਲੇ ਮਰਾਉਣ ਵਾਲੇ ਘੱਟ ਹੋਣਗੇ। ਹਾਂਜੀ ਬਾਈ ਜੀ ਕਿਵੇਂ? ਹਾਂਜੀ ਆਫਰੀਮ, ਆਫਰੀਮ ਬੜਾ ਵੱਖਰਾ ਜਿਹਾ ਨਾਮ ਸੁਣਨ ਨੂੰ ਮਿਲਿਆ, ਬੜੇ ਸੋਹਣੇ ਸੋਹਣੇ ਨਾਮ ਹਰਫ ਬਾਈ, ਹੈ ਨਾ? ਮੈਂ ਸੋਚਦਾ ਹੀ ਹਰਫ ਬਾਈ ਹਰਫ,
नाम ही एक साडे अज दे मंच दे विच डिफरेंट होगा, पर अज इस एपीसोड दे विच है ना सानू वख वख नाम सुनने नू मिलदे ने। की मतलब है जी आफरीन? सर अलबानी भाषा च इहदा मतलब हैगा पहल, फर्स्टली प्रथम। प्रथम? हाँ जी। वाह जी वाह, किन्हां ने रखिया तुहाडा इह नाम? मम्मी पापा ने। वाह जी वाह, बहुत सोहना नाम है जी। हर्ष भाई तुसीं की कहना चाहोगे जी भाई नू, इहनां दे नाम नू लैके, इहनां दी गायकी नू लैके, अंदाज नू लैके? नाम बहुत वधिया भाई, जिवें इहनां ने दस्सिया इंस्पायर्ड आ उधरों है ना दूसरी भाषा चों, ते बहुत वधिया नां। ते बाकी बेनती करूंगा मैं भाई नू भी मेहनत कराया करो होर ज़्यादा है ना, ते इस चीज़ की रिक्वेस्ट आ छोटे भाइयों नू सारयां नू, क्योंकि मेहनत बिना मैनू लगता कोई हल भी नहीं हैगा दूजा है ना, ते साडा गीत ही दसूगा साडी पछाण। मैनू लगता हुंदा जदों असीं स्टेज ते खड़ गए ते साडे शब्द ने साडे गीत ने यही साडी पछाण हुंदी आ गाउण वाले दी, है ना। गीत दा भी इक रंग हुंदा है ना, सो गीत नू समझना बड़ा जरूरी हुंदा भी उहदे हिसाब नाल ही फिर उहदी कंपोजिशन बनदी आ, ते गीत दे विच डुब के जदों गीत नू गाया जांदा तां उह असर करदा सारे पासे, ते उह असरदार गीत बनाउण लई मैनू लगता सारे नू मेहनत करनी पऊगी, ते तुहानू भी बहुत मेहनत दी लोड़ आ भाई। लोड़ी जी की कहना चाहोगे तुसीं? बहुत वधिया, जिहड़े अज दे बच्चे ने उहनां नू भी सेध मिलदी आ, चंगीआं चीज़ां तां किसे भी तरीके दीआं आउंदीआं ने, ते उह जिहड़ी साडी जनरेशन आ उहनूं सिख्या वधिया किस्म दी मिलदी आ। अगर क्योंकि उही मैं एक बार फिर दोबारा उही गल रिपीट करूँगी कि जिहड़ी कौम दा जिस देश दा साहित ते संगीत खराब हो गया उह बिल्कुल खत्म हो जांदी आ ना। अगर तुहाडा साहित ते संगीत कायम आ वधिया है, क्योंकि तुहाडे साहित विच्चों तुहाडे गाणियां चों पता लगदा वी तुसीं किन्ने क पाणी चों। इही कहांगी कि अपने पंजाब दे साडे संगीत नूं ते साहित नूं जिउंदा रखो। अज दी जिहड़ी जनरेशन आ मैं उहनां नूं अपील करदी आ कि चंगे गाणे चंगा साहित पढ़िया ते सुणिया करो। किट्टू बाजी की कहना चाहोगे? मैं तां बस इही कहना चाहूंगा आफरीन, वधिया सी थीम, मेहनत वाली लाओ कोई स्कीम, फिर चारे पासे हो जूगी आफरीन आफरीन। वाह जी वाह, सो गुड लक। उम्मीद करते हैं तुसी उन्हां दी गल्लां ते गौर करोगे, ते अगे चल के फिर देखदे आं की रिजल्ट आउंदा। फिर गुड लक, ऑल द बेस्ट। आओ विच विदेशा पंजाब वसाते, रख दे टौर नवाबी, अणख कौमड़ी मर मिट जावण, गैरतमंद पंजाबी। आओ विच विदेशा पंजाब वसाते, रख दे